ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਵੇ ਤੋਂ ਤੁਹਾਡਾ ਸਭ ਦਾ ਚੈਨਲ 'ਤੇ ਦੁਬਾਰਾ ਤੋਂ ਵੈਲਕਮ ਹੈ ਅਤੇ ਹੋਪ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅ ਵੈਰੀ ਗੁੱਡ ਮੋਰਨਿੰਗ ਟੂ ਆਲ ਆਫ ਯੂ ਫਰੋਮ ਦ ਹਿਲਸ। ਯਾਰ ਜੋ ਮਰਜ਼ੀ ਕਹੋ, ਪਹਾੜਾਂ ਦੇ ਵਿੱਚ ਆ ਕੇ ਨਾ ਸਵੇਰ ਦਾ ਨਜ਼ਾਰਾ ਹੀ ਵੱਖਰਾ। ਮਾੜੀ ਜਿਹੀ ਹਵਾ ਦਾ ਝੋਂਕਾ ਆਉਂਦਾ ਨਾ, ਉਹ ਤੁਹਾਨੂੰ ਲੱਗਦਾ ਹੈ ਸੀਨੇ 'ਚ ਸਿੱਧਾ ਆ ਕੇ ਠੰਡ ਵੱਜੀ। ਮੈਂ ਹੋਪ ਕਰਦਾ ਤੁਸੀਂ ਸਾਰੇ ਜਣੇ ਖੁਸ਼ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਦਾ ਦਿਨ ਹੈਗਾ ਜੀ ਬਹੁਤ ਜ਼ਿਆਦਾ ਖਾਸ। ਜਿਨ੍ਹਾਂ ਨੇ ਪੁਰਾਣਾ ਵਲੋਗ ਵੇਖਿਆ ਤਾਂ ਚੈਨਲ ਨਾਲ ਨਵੇਂ ਜੁੜੇ ਨੇ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਦੁਬਾਰਾ ਤੋਂ ਵੈਲਕਮ। ਅਤੇ ਜੇ ਤੁਸੀਂ ਨਵੇਂ ਜੁੜੇ ਹੋ ਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅੱਜ ਦਾ ਦਿਨ ਜਿਹੜਾ ਪੁਰਾਣੇ ਵਲੋਗ ਵਾਲੇ ਦਿਨ ਨਾਲ ਉਹ ਤੋਂ ਵੀ ਜ਼ਿਆਦਾ ਧਾਕੜ ਹੋਣ ਵਾਲਾ, ਮੈਂ ਤੁਹਾਨੂੰ ਦੱਸ ਰਿਹਾ। ਆਓ ਚੱਲੀਏ, ਪਹਿਲੇ ਬ੍ਰੇਕਫਾਸਟ ਕਰੀਏ, ਫਿਰ ਉਸ ਤੋਂ ਬਾਅਦ ਦੱਸਦੇ ਹਾਂ ਤੁਹਾਨੂੰ ਪੂਰੇ ਦਿਨ 'ਚ ਕੀ ਹੁੰਦਾ। ਸਾਥੀ ਆਪਣਾ ਪਹੁੰਚ ਚੁੱਕਾ, ਆਪਾਂ ਵੀ ਚੱਲੀਏ। ਆਓ ਸਾਰੇ ਦਿਨ ਐਂਡ ਤੱਕ ਵਲੋਗ ਨਾਲ ਜੁੜੇ ਰਹੋ, ਆਏ ਗਰੰਟੀ ਯੂ ਤੁਸੀਂ ਲਵ ਕਰੋਗੇ, ਯੂ ਗਾਇਜ਼ ਵਿਲ ਲਵ ਦਿਸ ਵਲੋਗ ਟੂ ਦ ਬਿਟਸ। ਆਓ ਚੱਲੀਏ, ਵੀ ਆਰ ਐਟ ਦਾ ਬ੍ਰੇਕਫਾਸਟ ਬੂਫੇ ਗਾਇਜ਼। ਸ਼ੁਰੂਆਤ ਅਸੀਂ ਕਰਾਂਗੇ ਫਰੂਟ ਤੋਂ, ਕਿਉਂਕਿ ਉਸ ਤੋਂ ਬਾਅਦ ਤਾਂ ਆਪਾਂ ਫਿਰ ਪੂੜੀਆਂ ਹੀ ਖਾਣੀਆਂ, ਪਰੌਂਠੇ ਹੀ ਖਾਣੇ ਆ। ਪਹਿਲੇ ਥੋੜ੍ਹਾ ਜਿਹਾ ਲਾਈਟ ਹੋ ਜੇ, ਫਿਰ ਉਸ ਤੋਂ ਬਾਅਦ ਹੈਵੀ ਤਾਂ ਤੁਹਾਨੂੰ ਪਤਾ ਸਾਰਾ ਦਿਨ ਨਹੀਂ ਚੱਲਦਾ। ਵੀਰ ਜੀ ਤੁਹਾਨੂੰ ਕੁਝ ਪਸੰਦ ਨਹੀਂ ਆ ਰਿਹਾ? ਹਾਲ ਤੱਕ ਨੀਂਦ 'ਚ ਤੁਰੇ ਫਿਰਦੇ ਨੇ, ਅਤੇ ਮਸਾਂ ਉਠਾਇਆ ਵੀ ਹੋਟਲ ਵਾਲੇ ਕਹਿੰਦੇ ਬ੍ਰੇਕਫਾਸਟ ਬੰਦ ਕਰ ਦੇਣਾ। ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲੇ ਫਰੂਟ ਖਾ ਲਓ, ਬਾਅਦ 'ਚੋਂ ਤਾਂ ਇਹੋ ਕੁਛ ਹੀ ਖਾਣਾ। ਪਰ ਭਾਅ ਜੀ ਕਹਿੰਦੇ ਮੈਂ ਰਾਤ ਦਾ ਹੀ ਬੜਾ ਹੈਵੀ ਹੈਵੀ ਹੋਇਆ ਪਿਆ, ਮੈਕਲੋ ਮੈਕਲੋ ਜਾਣਾ ਕਹਿੰਦੇ ਮੈਕਲੋ। ਚਲੋ ਚੈੱਕ ਕਰੋ ਕਿੰਨਾ ਟੈਂਪਟਿੰਗ ਹੈ ਯਾਰ, ਇੱਦਾਂ ਚੀਜ਼ ਨੂੰ ਕੌਣ ਮਨਾ ਕਰ ਸਕਦਾ। ਪਰ ਇਹ ਫਿਰ ਰਹੇ ਪੈਦਾਇਸ਼ੀ ਹਲਵਾਈ, ਇਹ ਤਾਂ ਰੋਜ਼ ਇਹ ਕੱਢਦੇ ਨੇ, ਲੋਕਾਂ ਨੂੰ ਖਵਾਉਂਦੇ ਆ, ਇਸ ਕਰਕੇ ਕਹਿੰਦੇ ਅੱਜ ਛੁੱਟੀ, ਨਾ ਕੱਢਾਂਗੇ ਅਤੇ ਨਾ ਖਾਵਾਂਗੇ। ਰਾਸ਼ਨ ਪਾਣੀ ਛਕਿਆ ਅਤੇ ਨਾਲ ਹੀ ਪੱਸਰ ਕੇ ਬਸ ਭਾਜੀ, ਹੋਲੀਡੇ ਦਾ ਇਹੀ ਮਜ਼ਾ ਹੈ, ਬਸ ਖਾਓ ਪੀਓ ਸੋ ਜਾਓ, ਖਾਓ ਪੀਓ ਸੋ ਜਾਓ, ਫੋਨ ਚਲਾ ਲਓ, ਅੱਖਾਂ ਮੰਨ ਲਓ, ਬਸ ਤੁਸੀਂ ਕਰੋ ਭਾਈ ਰੈਸਟ। ਅਸਾਂ ਨੇ ਕਰਨਾ ਕੇਸੀ ਇਸ਼ਨਾਨ, ਆਪਣੇ ਮਾਤਾ ਜੀ ਦੇ ਸੁੱਖ ਵਾਸਤੇ ਨਾ ਅੱਜ ਕੇਸੀ ਇਸ਼ਨਾਨ ਕਰਨਾ, ਵੀ ਮਾਤਾ ਜੀ ਨੂੰ ਕੋਈ ਕੰਪਲੇਂਟ ਨਾ ਰਹੇ। ਆਪਾਂ ਉੱਥੇ ਚੱਲਦੇ ਹਾਂ, ਭਾਅ ਜੀ ਕਰਨ ਲੱਗੇ ਨੇ ਸਾਡੇ ਰੈਸਟ, ਆਪਾਂ ਤੁਹਾਨੂੰ ਮਿਲਦੇ ਨਾ ਧੋ ਕੇ। ਗੁੱਡ ਨਾਈਟ ਵੀਰ ਜੀ। ਅਸਾਂ ਨੇ ਤਾਂ ਕੇਸੀ ਇਸ਼ਨਾਨ ਕਰ ਲਿਆ, ਪਰ ਵੀਰ ਜੀ ਹੋਣਾ ਦਾ ਨਾ ਕੋਈ ਪ੍ਰੋਗਰਾਮ ਵਾਲੇ ਫਾਈਨਲ ਨਹੀਂ ਹੋ ਰਿਹਾ, ਵੀ ਕੀ ਕਰਨਾ। ਭਾਅ ਜੀ ਥੋੜ੍ਹਾ ਜਿਹਾ ਜਲਦੀ ਕਰੋ, ਜਰਸੀਆਂ ਵੇਟ ਕਰ ਰਹੀਆਂ ਨੇ, ਅਤੇ ਨਾ ਤੇਰਾ ਨੰਬਰ ਲਿਖਿਆ ਨਾਮ ਦੇ ਨਾਲ, ਚਿੱਟੀਆਂ ਪੱਗਾਂ ਵੀ ਬੰਦੀਆਂ ਨੇ, ਜਲਦੀ ਸਭ ਤੇਰਾ ਹੀ ਤੇਰਾ। ਜਦੋਂ ਵੀ ਕਿਸੇ ਈਵੈਂਟ 'ਤੇ ਜਾਂ ਕਿਸੇ ਫੰਕਸ਼ਨ 'ਤੇ ਜਾਣਾ ਹੁੰਦਾ ਨਾ, ਸਭ ਤੋਂ ਔਖਾ ਕੰਮ ਹੁੰਦਾ ਵੀ ਪੱਗ ਦਾ ਲੜ ਪੂਰਾ ਆ ਜਾਵੇ, ਠੀਕ ਹੈ, ਆਪਣਾ ਆ ਗਿਆ। ਪਰ ਭਾਅ ਜੀ ਦੇ ਪੱਗ ਦਾ ਲੜ ਪੂਰਾ ਨਹੀਂ ਆਇਆ, ਭਾਅ ਜੀ ਦੂਜੀ ਵਾਰੀ ਪੱਗ ਬਣ ਰਹੇ, ਭਾਅ ਜੀ ਹੁਣ ਓਕੇ ਆ ਕੰਮ? ਸਦਕੇ ਜਾਵਾਂ, ਪ੍ਰੀਟੀ ਜ਼ਿੰਟਾ ਨੇ ਤਿੰਨ ਹੀ ਵੇਖਣਾ ਨਾ ਬਸ ਉੱਥੇ, ਹੋਰ ਕਿਸੇ ਨੂੰ ਹੋਏ 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 ਮਾਤਾ ਰਾਣੀ ਮਾਨ ਨਾ ਕਰਾਵੇ ਬਸ। ਪਰ ਕੰਮ ਐਂਡ ਹੈ ਕਿ ਨਹੀਂ ਵੀਰ ਜੀ, ਜਲਦੀ ਕਰੋ, ਵੀ ਆਰ ਰਨਿੰਗ ਵੈਰੀ ਲੇਟ। ਪਰ ਤੁਸੀਂ ਦੱਸਿਓ ਜੀ, ਹਾਲੇ ਤੁਹਾਨੂੰ ਫਾਈਨਲ ਲੁੱਕ ਅਸੀਂ ਦਿਖਾਉਂਦੇ ਹਾਂ, ਪਰ ਹਾਓ ਆਰ ਦਾ ਪੰਜਾਬ ਕਿੰਗਸ ਲੁਕਿੰਗ? ਡੈਂਟਣਾ। ਸੋ ਇਹ ਹੈ ਜੀ ਸਾਡੀ ਫਾਈਨਲ ਲੁੱਕ, ਸਾਰੇ ਜਣੇ ਪਲੀਜ਼ ਚੈੱਕ ਕਰਕੇ ਦੱਸਿਓ ਕਿੱਦਾਂ ਲੱਗ ਰਹੀ ਆ। ਦੇਖੋ ਜੀ, ਅਸੀਂ ਹੁਣ ਤਿਆਰ ਹਾਂ, ਨਿਕਲਣ ਲੱਗੇ ਹਾਂ, ਪਹਿਲੇ ਗੁਰੂ ਘਰ ਮੱਥਾ ਟੇਕਾਂਗੇ, ਫਿਰ ਉਸ ਤੋਂ ਬਾਅਦ ਵੀ ਵਿਲ ਹੈਡ ਡਾਇਰੈਕਟਲੀ ਟੂ ਦਾ ਸਟੇਡੀਅਮ, ਪ੍ਰੀਟੀ ਜ਼ਿੰਟਾ ਵੀ ਆਰ ਕਮਿੰਗ। ਗੁਰੂ ਘਰ ਅਸੀਂ ਪਹੁੰਚ ਗਏ ਹਾਂ ਜੀ, ਮਹਾਰਾਜ ਦਾ ਬਹੁਤ ਬਹੁਤ ਸ਼ੁਕਰ ਹੈ ਜਿਨ੍ਹਾਂ ਨੇ ਸਾਨੂੰ ਇੰਨੇ ਯੋਗੇ ਕੀਤਾ, ਸਾਨੂੰ ਇੰਨੀ ਹਿੰਮਤ ਬਖਸ਼ੀ ਵੀ ਅਸੀਂ ਜਿਹੜੇ ਸੁਪਨੇ ਛੋਟੇ ਹੁੰਦਿਆਂ ਬੱਚਿਆਂ ਵਾਂਗੂ ਦੇਖਦੇ ਹੁੰਦੇ ਸੀ, ਉਹਨਾਂ ਨੂੰ ਅਸੀਂ ਅੱਜ ਪੂਰੇ ਕਰ ਸਕਦੇ ਹਾਂ। ਮਹਾਰਾਜ ਇਸ ਤਰ੍ਹਾਂ ਹੀ ਸਾਡੇ ਸਾਰਿਆਂ ਦੇ ਸਿਰ ਉੱਪਰ ਮਿਹਰ ਪ੍ਰਹਤ ਬਣਾ ਰੱਖਣ, ਤਾਂ ਕਿ ਅਸੀਂ ਸੱਚੀ ਤੇ ਸੁੱਚੀ ਕਿਰਤ ਕਰਦੇ ਰਹੀਏ ਅਤੇ ਆਪਣੇ ਜਿਹੜੇ ਸੁਪਨੇ ਆ ਆਪਣੇ ਅਤੇ ਆਪਣੇ ਘਰਦਿਆਂ ਦੇ, ਉਹਨਾਂ ਨੂੰ ਪੂਰਾ ਕਰਦੇ ਰਹੀਏ। ਬਹੁਤ ਬਹੁਤ ਸ਼ੁਕਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਅਤੇ ਬਹੁਤ ਬਹੁਤ ਧੰਨਵਾਦ ਸਾਡੇ ਪੇਰੈਂਟਸ ਦਾ ਜਿਹੜੇ ਸਾਨੂੰ ਸਾਡੇ ਹਰ ਸਟੈਪ ਦੇ ਵਿੱਚ ਸਪੋਰਟ ਕਰਦੇ ਨੇ।
ਵਿਸ਼ਵ ਕੇ ਸਬਸੇ ਖੂਬਸੂਰਤ ਸਟੇਡੀਅਮ ਮੇਂ ਆਪਕਾ ਸਵਾਗਤ ਹੈ। ਕਿਆ ਬਾਤ ਹੈ, ਤੁਸੀਂ ਰਸਤੇ ਸਟੇਡੀਅਮ ਜਾ ਰਹੇ ਹੋ ਤੇ ਤੁਹਾਨੂੰ ਧੂਮਲ ਸਾਹਿਬ ਹਰ ਜਗ੍ਹਾ ਤੇ ਤੁਹਾਨੂੰ ਨਾ ਵੈਲਕਮ ਕਰਦੇ ਦਿਖ ਰਹੇ। ਕਿ ਸਾਹਮਣੇ ਲਿਖਿਆ ਵੇ ਟੂ ਸਟੇਡੀਅਮ, ਵੀ ਆਰ ਗੋਇੰਗ ਟੂ ਵਰਡ ਸਟੇਡੀਅਮ। ਥੈਂਕ ਯੂ ਸਰ, ਥੈਂਕ ਯੂ ਸਰ, ਥੈਂਕ ਯੂ ਸਰ। ਚੱਕੋ ਜੀ ਮੁੰਡਾ ਬਹੁਤ ਐਕਸਾਈਟਿਡ ਆ ਜੀ। ਮੁੰਡਾ ਕਹਿੰਦਾ ਵੀ ਜੋ ਮਰਜ਼ੀ ਹੋਵੇ ਪੰਜਾਬ ਜਿੱਤਾ ਕੇ ਜਾਣੀ ਅੱਜ। ਜੋ ਜੋ ਅਸੀਂ ਸਟੇਡੀਅਮ ਵੱਲ ਵਧੀ ਜਾਂਦੇ ਪਏ ਨਾ, ਟ੍ਰੈਫਿਕ ਵਧੀ ਜਾਂਦਾ ਪਿਆ ਤੇ ਨਾਲੇ ਸਾਡੇ ਦਿਲਾਂ ਦੀ ਜਿਹੜੀ ਐਕਸਾਈਟਮੈਂਟ ਹੈ ਉਹ ਵੀ ਪੀਕ ਤੇ ਹੋ ਰਹੀ ਹੈ। ਮੁੰਡਾ ਕਹਿੰਦਾ ਮੈਨੂੰ ਬਿਗੜੋ ਚਾਹੀਦਾ ਵਜਾਉਣ ਨੂੰ। ਕੋਈ ਨੀ, ਲੈ ਕੇ ਦਿੰਦੇ ਤੈਨੂੰ ਝੰਡਾ ਵੀ, ਲੈ ਕੇ ਦਿੰਦੇ 4-6 ਏ ਵਾਲਾ ਵੀ, ਉਹ ਚੀਅਰ ਲੀਡਰ ਵਾਲੇ ਪੋਮਪੋਮ ਵੀ ਲੈ ਦੋ। ਦਾਰੀ ਗਰਾਊਂਡ ਪਾਰਕਿੰਗ, ਓਏ ਹੋਏ ਗੱਡੀਆਂ ਚੱਲਦੀਆਂ ਨੇ ਅੰਦਰ ਵੀਰ ਜੀ, ਇਹ ਸ਼ਟਲ ਸਰਵਿਸ ਖੜੀ ਹੈ ਬਰੋ। ਦੇਖੋ ਜੀ ਉਹ ਸਟੇਡੀਅਮ ਦੇਖ ਰਿਹਾ ਤੇ ਮੁੰਡਾ ਸਾਡਾ ਕਹਿੰਦਾ 1.5 ਕਿਲੋਮੀਟਰ ਹੈ ਪੈਦਲ ਨਾ ਚੱਲੀਏ, ਇਹਨੂੰ ਚਾਹ ਹੀ ਬੜਾ ਚੜਿਆ। ਓਏ ਹੋਏ, ਬਾਕੀ ਗੱਲਾਂ ਨਹੀਂ ਕਹਿਣਾ, ਜਿਹੜਾ ਕੋਂਬੀਨੇਸ਼ਨ ਹੈ ਟੀਸਟਾਂ ਵਾਲਾ ਕੰਮ ਹੋ ਗਿਆ ਨਾ ਬਰੋ, ਇਹ ਐਂਡ ਹੋ ਗਿਆ ਉਸਦੇ। ਸ਼ਟਲ ਸਰਵਿਸ ਵੈਸੇ ਪੰਜਾਬ ਕਿੰਗਜ਼ ਵਾਲਿਆਂ ਨੇ ਰੱਖੀ ਸੀ, ਪਰ ਉਹ ਕਹਿੰਦੇ ਵੀ ਸ਼ਟਲ ਉਦੋਂ ਚੱਲੇਗੀ ਜਦੋਂ ਭਰੇਗੀ, ਇਸ ਕਰਕੇ ਫਿਰ ਅਸੀਂ ਆਪਣੀ 11 ਨੰਬਰ ਦੀ ਬੱਸ 'ਤੇ ਹੀ ਆਪਣੀ ਜਰਨੀ ਸ਼ੁਰੂ ਕਰਤੀ ਹੈ। ਹੁਣ ਰਸਤੇ ਦੇਖਦੇ ਕੋਈ ਰੱਬ ਦਾ ਪਿਆਰਾ ਸਾਨੂੰ ਲਿਫਟ ਦੇ ਦੇ ਅਤੇ ਸਾਨੂੰ ਸਟੇਡੀਅਮ ਤੱਕ ਛੱਡ ਦੇ। ਹੋਰ ਜੀ ਠੀਕ ਹੋ? ਰਸ਼ ਚੈੱਕ ਕਰੋ ਤੁਸੀਂ, ਗੱਡੀਆਂ ਦੇ ਹੋਰਨ 'ਤੇ ਹੋਰਨ ਵੱਜ ਰਹੇ ਆ। ਛੋੜ ਦਿਓ ਬਾਈ ਸਟੇਡੀਅਮ ਤੱਕ। ਠੀਕ ਹੈ ਠੀਕ ਹੈ, ਮੈਨੂੰ ਇਹ ਪਹਿਲੇ ਪੁੱਛਿਆ ਸੀ, ਕਹਿੰਦਾ ਨਹੀਂ ਬਾਈ ਸਟੇਡੀਅਮ ਤੱਕ ਨਹੀਂ ਜਾਣਾ। ਬਾਈ ਸਟੇਡੀਅਮ ਤੱਕ ਛੋੜ ਦਿਓ ਯਾਰ, ਸਟੇਡੀਅਮ ਤੱਕ ਛੋੜ ਦਿਓ, ਗਾਂ ਤੱਕ ਜਾ ਰਹੇ ਹੋ ਤੱਕ ਛੋੜ ਦਿਓ। ਬਹਿ 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 ਵੀਰੇ, ਬਹਿ 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 ਵੀਰੇ, ਤੁਸੀਂ ਹਿਮਾਚਲ ਦੀ ਲਾਜ ਰੱਖ ਲਈ ਅੱਜ। ਇੱਕ ਮਿੰਟ ਚਲੋ ਜੀ, ਲੈਟਸ ਗੋ, ਥੈਂਕ ਯੂ ਬ੍ਰੋ। ਇੱਕ ਲਿਫਟ ਲਈ ਹੈ, ਕਾਫੀ ਫਰਕ ਪੈ ਗਿਆ, ਹੁਣ ਇੱਕ ਦੁਬਾਰਾ ਲੈਣੀ ਪੈਣੀ ਹੈ। ਇੱਕ ਹੋਰ ਬੰਦਾ ਲੱਭਦੇ ਹਾਂ ਜਿਹੜਾ ਅੱਜ ਹਿਮਾਚਲ ਦੀ ਲਾਜ ਬਚਾਏਗਾ। ਭਰਾਵਾਂ ਦਾ ਬਹੁਤ ਬਹੁਤ ਧੰਨਵਾਦ, ਅਸੀਂ ਸੜਕ 'ਤੇ ਜਾ ਰਹੇ, ਕਹਿੰਦੇ ਭਾਅ ਜੀ ਉੱਧਰੋਂ ਸ਼ਾਰਟਕੱਟ ਹੈਗਾ, ਪੌੜੀਆਂ ਥਾਣੀ ਚੱਲ ਜਾਓ। ਥੈਂਕ ਯੂ ਵੀਰੇ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ, ਦਸਿੰਗ ਸਟੇਸ਼ਨ ਆਹੇ ਮਿਲਦੇ ਤੁਹਾਨੂੰ ਮੈਚ, ਚੈਨਲ ਸਬਸਕ੍ਰਾਈਬ ਕਰ ਲਓ। ਓਕੇ, ਦੌੜ 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 ਸ਼ੇਰਾ, ਆਹ ਚੈੱਕ ਕਰੋ ਸਟੇਡੀਅਮ। ਹੌਲੀ ਹੌਲੀ ਬ੍ਰੇਕ ਮਾਰ, ਬ੍ਰੇਕ ਮਾਰ ਮਾਮਾ, ਸਿੱਧਾ ਸੜਕ 'ਤੇ ਨਾ ਭਾਅ ਜੀ। ਭਾਈ ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਭਾਈ, ਥੈਂਕ ਯੂ। ਮਾਹੌਲ ਐ ਪੂਰਾ ਐਂਡ, ਬਸ ਥੈਂਕ ਯੂ ਭਾਅ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ। ਇਹ ਸਟਾਰ ਸਪੋਰਟਸ ਵਾਲੇ ਸਾਡੀ ਇੰਟਰਵਿਊ ਲੈ ਰਿਹਾ ਜੀ, ਸਾਡੇ ਕੋਲ ਇਹਦਾ ਕਲਿੱਪ ਨਹੀਂ ਹੈਗਾ, ਅਗਰ ਕਿਸੇ ਕੋਲ ਕਲਿੱਪ ਹੋਏ ਜਾਂ ਉਹਨੂੰ ਮਿਲੇ ਤਾਂ ਪਲੀਜ਼ ਸਾਨੂੰ ਭੇਜਿਓ ਜੀ, ਪਲੀਜ਼। ਮਾਹੌਲ ਪੂਰਾ ਐਂਡ ਵਾਲਾ ਜੀ, ਐਂਡ ਵਾਲਾ, ਗੱਡੀਆਂ ਤੇ ਗੱਡੀਆਂ, ਸਪੈਕਟੇਟਰ ਤੇ ਸਪੈਕਟੇਟਰ, ਕਿਆ ਬਾਤ ਹੈ। 50 ਵਾਰ ਦੀ ਵੀ ਹੋਈ ਵੀ 50 ਵਾਰ ਸੀ ਜੀ। ਫਾਈਨਲੀ 1.5 ਕਿਲੋਮੀਟਰ ਤੁਰਨ ਤੋਂ ਬਾਅਦ ਸਾਨੂੰ ਗੇਟ ਲੱਭ ਗਿਆ ਬਰੋ, ਹੌਰ ਯੂ ਫੀਲਿੰਗ? ਕਿੰਨੇ ਕਿਲੋਮੀਟਰ? 150 ਹੋਣਾ। ਪੱਗ ਮੈਨੂੰ ਲੱਗਦਾ ਸਟੇਡੀਅਮ ਪਹੁੰਚਣ ਤੋਂ ਪਹਿਲੇ ਢਿੱਲੀ ਹੋ ਗਈ ਹੈ। ਲਓ ਬਰੋ, ਲਓ ਲਓ, ਪੀਲਾ ਪੀਲਾ ਪਾਣੀ ਢਿੱਡ ਨਾ ਫਰਲੀ ਨਾਲ ਰਖਾ ਲੈਣੀ, ਇੱਥੇ ਆਰਾਮ ਨਾਲ ਪੀਲਾ, ਤੇਰੇ ਤੋਂ ਬਿਨਾਂ ਨਹੀਂ ਖੜਾਉਂਦੇ ਪਹਿਲੀ ਬੋਲ। ਚੱਲ ਦੋਨਾਂ ਪਾਸੇ ਤੋਂ ਟਿਕਟਾਂ ਪਾ ਲਈਆਂ, ਲੱਗਦਾ ਵੀ ਐਂਡ ਤੱਕ ਸਿਰਫ ਕਿੰਗਜ਼ ਇਲੈਵਨ ਪੰਜਾਬ ਵਾਲਾ, ਪੰਜਾਬ ਕਿੰਗਜ਼ ਵਾਲਾ ਸੌਰੀ ਲੋਗੋ ਹੀ ਰਹਿ ਜਾਣਾ। ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ, ਆਰਸੀਬੀ ਵੱਲੋਂ ਸਿਰਫ ਵਿਰਾਟ ਹੀ ਖੇਡਦਾ, ਜਿਹਦੀ ਜਰਸੀ ਦੇਖੋ ਵਿਰਾਟ, ਜਿਹਦੀ ਜਰਸੀ ਦੇਖੋ ਵਿਰਾਟ, ਅਸੀਂ ਚੰਗੇ ਹਾਂ ਜੀ, ਆਪਣੇ ਨਾਂ ਦੀਆਂ ਲੈ ਕੇ ਆਏ ਵੀਰ ਜੀ।
ਫੂਡ ਕੋਰਟ ਹੈ ਜੀ, ਮੈਂ ਕਿਹਾ ਗਲਾ ਲਾ ਪਿਨੋ ਵੀ ਹੈਗਾ ਬ੍ਰੋ, ਲਾ ਪਿਨੋ ਕੈਂਪਾ ਪੈਟੀ ਸੈਂਡਵਿਚ, ਓਹੋ ਨਾਈਸ ਨਾਈਸ ਨਾਈਸ, ਓਹੋ ਆਈਸ ਟੀ, ਵਾਹ ਓ। ਇਹ ਜਿਹੜੀ ਸਟੇਡੀਅਮ ਦੇ ਅੰਦਰ ਐਂਟਰ ਹੋਣ ਵਾਲੀ ਫੀਲ ਹੈ ਨਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਇੰਨੀ ਜ਼ਬਰਦਸਤ ਵਾਈਬ ਆਉਂਦੀ ਹੈ ਨਾ, ਇੰਨਾ ਸੁਰੀਅਲ ਐਕਸਪੀਰੀਅੰਸ ਹੁੰਦਾ ਹੈ, ਜਮ੍ਹਾਂ ਹੀ ਐਂਡ ਚੀਜ਼ ਇਸ਼ਕ, ਆਹਾ ਨਜ਼ਾਰਾ। The moment of reality guys, oh vibe, ohe ohe sidha pitch, ohe eh bhai sade haryane to ne ik dappa di copy lagde pure, ohe 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 kya hi baat hai, kya hi baat hai, ohe sahib, oho Fab Du Plessis, Glenn Maxwell, ਬੈਟ ਫੜ ਕੇ ਆ ਗਿਆ ਬੈਂਗਲੋਰ ਵਾਲੇ ਖੇਡਣ ਦੇ ਕ੍ਰਿਕਟ, ਪੰਜਾਬ ਵਾਲੇ ਖੇਡਣ ਦੇ ਫੁੱਟਬਾਲ, ਕਹਿੰਦਾ ਤਾਂ ਹੀ ਹਾਰਦੇ ਯਾਰ, ਗੱਲ ਤੇ ਸੱਜਣਾ ਮੈਂ ਤੇਰੀ ਦੇਖਿਆ ਜਾਵੇ ਤੇ ਸਹੀ ਹੈਗੀ ਆ। ਉਹ ਦੇਖੋ ਉਹ ਕੋਹਲੀ ਬੈਟਿੰਗ ਕਰਦਾ, ਕੋਹਲੀ ਮਾਰ ਰਿਹਾ ਜੀ, ਮਾਰ ਰਿਹਾ ਹੈ, ਕੋਹਲੀ ਮਾਰ ਰਿਹਾ, ਇਹ ਆਪਣੇ ਫੁੱਟਬਾਲ ਹੀ ਖੇਡੀ ਜਾਂਦੇ ਨੇ। ਅਰਸ਼ਦੀਪ ਭਾਜੀ, 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 ਕੋਹਲੀ ਪੰਜਾਬ ਦਾ ਨਿਵਲੀ ਬੋਨ ਸਟਾਰ ਸ਼ਸ਼ਾਂਕ ਸਿੰਘ, ਓਏ ਹੋਏ ਬੰਦੇ ਲੱਗਿਆ, ਸੈਮ ਕਰਨ ਕੈਪਟਨ, ਅਰਸ਼ਦੀਪ ਭਾਈ, ਬਰਾੜ ਸਾਹਿਬ, ਰਾਹੁਲ ਚਹਿਰ, ਪੂਰਾ ਜੀ ਮਾਹੌਲ ਬੰਨਿਆ ਪਿਆ। ਟੌਸ ਹੋਣ ਲੱਗੀ ਆ ਸੱਜਣੋ, ਬੰਦੇ ਖੜੇ ਨੇ, ਕੈਪਟਨ ਆਪਣੇ ਖੜੇ ਹੋ ਗਏ, ਉਹ ਸਾਹਮਣੇ ਕਰੂ ਦੇਖੋ, ਬੱਲੇ 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 ਬੱਲੇ, ਉਹ ਕਾਰਤਿਕ ਜੀ ਆ ਗਏ ਸਕਰੀਨ 'ਤੇ, ਆਵਾਜ਼ ਸੁਣਦੀ ਨਹੀਂ ਪਈ ਵੀਰੇ, ਨਹੀਂ ਨਹੀਂ ਆਰਸੀ ਵੀ ਜਿੱਤ ਗਈ ਮੈਨੂੰ ਲੱਗਦਾ, ਹੈਡ ਦਾ ਆਇਆ ਜੀ, ਹੈਡ ਦਾ ਆਇਆ, ਓ ਸਾਹਿਬ ਕਰਨ ਜਿੱਤ ਗਿਆ ਯਾਰ, ਜਿੱਤ ਗਏ ਟੌਸ, ਕਟੱਪਾ ਟੌਸ ਜਿੱਤੇ ਨਾ, ਟੌਸ ਜਿੱਤੇ ਪੰਜਾਬ, ਟੌਸ ਜਿੱਤੋ, ਟੌਸ ਜਿੱਤੋ ਮੈਚ ਤੋਂ, ਹਾਂ ਠੀਕ ਹੈ, ਤੂੰ ਬਿਲਕੁਲ ਸਹੀ ਕਹਿ ਰਿਹਾ, ਆ ਟੀਮ ਆ ਗਈ ਆਪਣੀ ਬੋਲਿੰਗ ਕਰਨ, ਬਰਾ ਮੁੜਿਓ, ਛਾਜੋ ਜੀ ਛਾਜੋ, ਦੱਪਣਾ ਨਹੀਂ ਵੀਰੇ, ਦੱਪਣਾ ਨਹੀਂ, ਕੋਹਲੀ ਭਾਈ ਆ ਗਏ ਤੇ ਸ਼ੁਰੂਆਤ ਕੋਈ ਬਹੁਤਾ ਵਧੀਆ ਨਹੀਂ ਹੋਈ, ਇੱਕ ਕੈਚ ਕੋਹਲੀ ਦਾ ਛੁੱਟ ਗਿਆ ਵੀਰ ਜੀ, ਇੱਕ ਫੈਬ ਡੂ ਪਲੈਸੀ ਦਾ ਛੁੱਟ ਗਿਆ, ਇੱਕ ਓਵਰ 'ਚ ਦੋ ਕੈਚ ਛੁੱਟ ਗਏ ਨੇ, ਸਾਨੂੰ ਮਾਰਾ ਨਹੀਂ ਖਾ ਰਿਹਾ, ਨਹੀਂ ਮਾਰਾ ਨਹੀਂ ਖਾ ਰਿਹਾ, ਮਾਰਾ ਨਹੀਂ ਖਾ ਰਿਹਾ ਵੀਰੇ, ਮਾਰਾ ਨਹੀਂ ਖਾ ਰਿਹਾ।
ਇਸ ਓਵਰ ਚ ਕੱਢਦੀ ਵਿਕਟਾਂ ਦਾਦੀ ਗਿੱਲੀਆਂ ਮੇਰਾ ਭਰਾ ਪੰਜਾਬ ਨੇ ਇੱਕ ਵਿਕਟ ਲੈ ਲਈ ਹੈ ਜੀ ਮਾਲ ਚੇਂਜ ਹੋ ਗਿਆ ਸਟੇਡੀਅਮ ਦਾ ਟਾਈਮ ਆਊਟ ਹੋ ਗਿਆ ਜੀ ਡੇਢ ਮਿੰਟ ਰਹਿ ਗਿਆ 56 ਰਨ ਤੇ ਦੋ ਵਿਕਟਾਂ ਨੇ ਆਰ ਸੀ ਬੀ ਦੀਆਂ ਦੋ ਤਿੰਨ ਕੈਚ ਪੰਜਾਬ ਛੱਡ ਚੁੱਕਾ ਬੜੀ ਹੀ ਨਿਰਾਸ਼ਾਜਨਕ ਹਾਲਤ ਹੈ ਕਟੱਪਾ ਜੀ ਕੋਈ ਚਲਾਓ ਆਪਣੀ ਤਲਵਾਰ ਆਹੇ ਇਹ ਵੀਰੇ ਦਿਲ 'ਚ ਵੱਸਦਾ ਹੈ ਮੈਚ ਦੀ ਤਾਜ਼ਾ ਅਪਡੇਟ ਇਹ ਜੀ ਬਾਰਿਸ਼ ਸ਼ੁਰੂ ਹੋ ਗਈ ਹੈ 10 ਓਵਰ ਹੋ ਗਏ ਨੇ ਆਰ ਸੀ ਬੀ ਨੇ ਬਹੁਤ ਕੁੱਟਿਆ ਪੰਜਾਬ ਨੂੰ ਓਹ ਨਹੀਂ ਫੜੀ ਗਈ 10 ਓਵਰ ਅਤੇ 118 ਰਨ ਆਲਰੇਡੀ ਬੋਰਡ 'ਤੇ ਲੱਗ ਚੁੱਕੇ ਨੇ ਬਾਰਿਸ਼ ਹੋ ਗਈ ਹੈ ਮੈਚ ਕਿਸੇ ਵੇਲੇ ਮਿਲਾਦਾ ਅੰਦਰ ਨੂੰ ਲੈ ਕੇ ਜਾ ਸਕਦੇ ਹੈ ਓਹੋ ਇਹ ਤਾਂ ਬੜਾ ਧੱਕੇ ਵਾਲਾ ਕੰਮ ਹੋ ਗਿਆ ਵੀਰ ਜੀ ਪੈਸਾ ਵਸੂਲਿਆ ਨਹੀਂ ਜਾਏਗਾ ਇੱਦਾਂ ਤਾਂ ਭਾਜੀ ਬਾਰਿਸ਼ ਰੰਨਾਂ ਦੀ ਹੋ ਰਹੀ ਹੈ ਹੁਣ ਇੰਦਰ ਦੇਵਤਾ ਵੀ ਪ੍ਰਸੰਨ ਹੋ ਗਏ ਜਿਹੜਾ ਮੇਨ ਕੰਮ ਹੈ ਜੀ ਗਰਾਊਂਡਮੈਨ ਜਿਹੜਾ ਕਰਦੇ ਆ ਬਾਰਿਸ਼ ਹੋ ਗਈ ਹੈ ਨਾਲ ਹੀ ਪੂਰੀ ਟੀਮ ਰੈਡੀ ਹੋ ਗਈ ਹੈ ਉੱਧਰ ਖੁਸ਼ੀ ਦੀ ਇਹ ਗੱਲ ਹੈ ਜੀ ਸੈਮ ਕਰਨ ਦੇ ਵਿਕਟ ਲੈ ਲਈ ਹੈ ਇੱਕ ਰਜਤ ਫੀਲਡਰ ਹੋ ਗਿਆ ਆਊਟ ਚਲੋ 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 ਦੌੜਾ ਮੁੰਡੇ ਪਹੁੰਚੋ 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 ਆਰਦੀ ਵੀ ਆਊਟ ਹੋ ਗਿਆ ਵੀਰੇ ਬਾਰਿਸ਼ ਤੇਜ਼ ਹੋ ਗਈ ਹੈ ਜੀ ਕਵਰ ਕਾਲ ਕਰ ਲਏ ਗਏ ਨੇ ਅੰਪਾਇਰ ਚੱਲੇ ਆ ਓਹੋ ਚਲੋ ਚਲੋ ਸ਼ਾਬਾਸ਼ ਇਹਨਾਂ ਦੀ ਹਿੰਮਤ ਹੈ ਵੀ ਬੰਦਿਆਂ ਦੀ ਉਹ ਦੇਖੋ ਓਹੋ ਐਂ ਦੌੜਦੇ ਜਾਂਦੇ ਬੰਦੇ ਦੌੜਦੇ ਜਾਂਦੇ ਕਮਾਲ ਹੈ ਸ਼ੇਰੋ ਕਮਾਲ ਹੈ ਤੁਹਾਡੀ ਹਿੰਮਤ ਹੈ ਬਹੁਤ ਵਧੀਆ ਕੋਈ ਨਹੀਂ ਪ੍ਰਵਾਹ ਨਹੀਂ ਕਰਨੀ ਮੈਚ ਹੋਏਗਾ ਦੁਬਾਰਾ ਡੋਂਵਰੀ ਪੰਜਾਬ ਨੂੰ ਭੁੱਖ ਲੱਗੀ ਸੀ ਉਹ ਰੰਨ ਖਾ ਰਹੇ ਹੈ ਹੈ ਸਾਹਿਬ ਕਹਿੰਦਾ ਪੰਜਾਬ ਨੂੰ ਭੁੱਖ ਲੱਗੀ ਸੀ ਰੰਨ ਖਾ ਰਹੇ ਹੈ ਅਸੀਂ ਬੰਦ ਕੁਲਚਾ ਖਾਣ ਆਏ ਹਾਂ ਜੀ ਮੁੰਡਾ ਕਹਿੰਦਾ ਭੁੱਖ ਲੱਗੀ ਮੈਂ ਕਿਹਾ ਹੋਰ ਤਾਂ ਕੁਛ ਨਹੀਂ ਬਾਰਿਸ਼ 'ਚ ਭੁੱਖ ਹੀ ਮਿਟਾ ਲਈ ਜਾਏ ਮਾੜੀ ਜੀ ਬਾਰਿਸ਼ ਤੋਂ ਬਾਅਦ ਮੈਚ ਸ਼ੁਰੂ ਹੋ ਗਿਆ ਜੀ ਦੂਜਾ ਟਾਈਮ ਆਊਟ ਬਸ ਸ਼ੁਰੂ ਹੋਣ ਲੱਗਾ 164 ਅਤੇ 3 ਹੋ ਗਈ ਆਰ ਸੀ ਬੀ ਬਹੁਤ ਜ਼ਿਆਦਾ ਕੁੱਟ ਰਹੀ ਹੈ ਬਾਰਿਸ਼ ਵੀ ਮਾੜੀ ਮਾੜੀ ਹੋ ਰਹੀ ਹੈ ਸਮਝ ਨਹੀਂ ਲੱਗ ਰਹੀ ਹੋ ਕੀ ਰਿਹਾ ਰਨ ਪੈ ਰਿਹਾ ਬਾਰਿਸ਼ ਪੈ ਰਹੀ ਹੈ ਬਹੁਤ ਹੀ ਦਿਮਾਗੀ ਤੌਰ 'ਤੇ ਪਰੇਸ਼ਾਨੀ ਚੱਲ ਰਹੀ ਕੈਪਟਨ ਸਾਹਿਬ ਕਰ ਦਿਓ ਕੁਛ ਯਾਰ ਕਰ ਦਿਓ ਕੁਛ ਕਰ ਦਿਓ ਕੈਪਟਨ ਸਾਹਿਬ ਕਰ ਦਿਓ ਕੁਛ ਉਹ ਬੱਲੇ 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 ਛਾ ਗਿਆ ਸ਼ਿਰਾ ਕਿੰਗ ਕੋਹਲੀ ਔਨ ਸਟ੍ਰਾਈਕ ਕੋਹਲੀ ਮਾਰ ਰਿਹਾ ਓਏ ਹੋਏ ਕਰਤਾ ਕੋਹਲੀ ਆਊਟ ਬ੍ਰੇਕ ਹੋ ਗਈ ਹੈ ਜੀ 241 ਰਨ ਮਾਰ ਗਈ ਆਰ ਸੀ ਬੀ ਚੈੱਕ ਕਰੋ ਸਟੇਡੀਅਮ ਕਿੰਨਾ ਹੀ ਖੂਬਸੂਰਤ ਲੱਗ ਰਿਹਾ 242 ਰਨ ਦਾ ਟਾਰਗੇਟ ਹੈ ਜੀ ਬਸ ਇੱਕ ਟੀਮ ਬੋਲਿੰਗ ਦੀ ਪ੍ਰੈਕਟਿਸ ਇੱਕ ਬੈਟਿੰਗ ਦੀ ਪ੍ਰੈਕਟਿਸ ਹਾਂਜੀ ਤੁਸੀਂ ਕਾਹਦੀ ਪ੍ਰੈਕਟਿਸ ਕਰਨੀ ਹੈ ਅਸੀਂ ਚੀਅਰਸ ਦੀ ਇਹ ਬੰਦੇ ਕਹਿੰਦੇ ਫੈਨ ਅਸੀਂ ਧੋਨੀ ਦੇ ਹਾਂ ਇਹਨਾਂ ਕੋਲ ਬਸ ਕਿੰਨਾ ਹੌਸਲਾ ਬਚਿਆ ਹੁਣ ਫੈਨ ਧੋਨੀ ਦੇ ਇਹਨਾਂ ਕੋਲ ਸਾਡੀ ਚੀਜ਼ ਹੈ ਧੋਨੀ ਦੇ ਫੈਨ ਆ ਮਜਬੂਰੀ ਨੂੰ ਵਿਰਾਟ ਪਾਲਾ ਪਿਆ ਚਲੋ ਵੇਟ ਕਰਦੇ ਹਾਂ ਜੀ ਦੇਖਦੇ ਹਾਂ ਹੁਣ ਕੀ ਹੁੰਦਾ ਉਹ ਹਰਜਲ ਪਟੇਲ ਨੂੰ ਮਿਲ ਗਈ ਜੀ ਪਰਪਲ ਕੈਪ ਓਏ ਆ ਗਿਆ ਪੰਜਾਬ ਦਾ ਮੁੰਡਾ ਪਰਪਲ ਕੈਪ ਲੈ ਗਿਆ ਜੀ ਓਏ ਆ ਗਈ
ਪ੍ਰੀਟੀ ਆ ਗਈ ਓਏ, ਇਹ ਬੁੱਢੀ ਨਹੀਂ ਹੋਈ ਜੀ, ਇਹ ਬੁੱਢੀ ਨਹੀਂ ਹੋਈ, ਕਮਾਲ ਹੈ, ਦੌੜੀ ਜਾਂਦੀ ਬੀਬੀ। ਪੰਜਾਬ ਦੀ ਚੇਜ਼ ਸ਼ੁਰੂ ਹੋਣ ਲੱਗੀ ਹੈ ਜੀ, ਪਹਿਲੀ ਬੋਲ ਪੈਂਦੀ ਹੋਈ, ਓਏ ਹੋਏ ਹੋਏ ਹੋਏ, ਪ੍ਰਭ ਸਿਮਰਨ ਸਿੰਘ ਔਨ ਸਟ੍ਰਾਈਕ, ਦੂਜੇ ਪਾਸੇ ਬਰਿਸਟੋ ਖੜ੍ਹੇ ਆ, ਓਏ ਓਏ ਓਏ, ਮੁੰਡੇ ਨੇ ਲੱਲੇ ਜੀ ਡਬਲ, ਪੈਰ ਲੱਗ ਗਿਆ ਭਾਈ, ਪੈਰ ਲੱਗਾ, ਓਏ ਕੋਹਲੀ ਜਿੱਤੇ ਜਾਂਦਾ ਰੌਲਾ ਵੇਖੋ, ਓਏ ਓਏ। ਸਟ੍ਰੈਟਜਿਕ ਟਾਈਮ ਆਊਟ ਆ ਗਿਆ ਜੀ, 6 ਓਵਰ ਬਾਅਦ ਪੰਜਾਬ ਦੇ 75 ਤੇ 2 ਨੇ, ਹਾਲੇ ਤੱਕ ਮਾਹੌਲ ਵਧੀਆ ਚੱਲ ਰਿਹਾ, ਬਾਬਾ ਸੁੱਖ ਰੱਖੇ ਅੱਗੇ। ਹਾਂਜੀ ਵੀਰ ਜੀ, ਬਸ ਇੱਦਾਂ ਹੀ ਖੁਸ਼ੀ ਬਰਕਰਾਰ ਰਵੇ। ਨਹੀਂ 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 ਸੜਾ ਨਹੀਂ, ਆਪਾਂ ਇਹਨਾਂ ਨੂੰ, ਤੂੰ ਟੈਨਸ਼ਨ ਨਾ ਲੈ, ਆਪਾਂ ਇਹਨਾਂ ਨੂੰ ਐਂਡ ਤੱਕ ਪੰਜਾਬ ਦੀ ਜਰਸੀ ਪਵਾ ਦੇਣੀ ਵੀਰੇ, ਹਾਲੇ ਤੇ ਇਹਨਾਂ ਝੰਡਾ ਫੜਿਆ ਜਰਸੀ ਵੀ ਪਾਣਗੇ। ਇੱਕ ਪਾਸੇ ਟੀਮ ਤੁਹਾਡੀ ਛੱਕੇ ਮਾਰਦੀ ਹੋਵੇ, ਦੂਜੇ ਪਾਸੇ ਤੁਸੀਂ ਟੀਵੀ ਤੇ ਆ ਜਾਓ, ਇਹ ਤੇ ਫਿਰ ਡਬਲ ਸੈਲੀਬ੍ਰੇਸ਼ਨ ਦਾ ਟਾਈਮ ਹੈ ਨਾ, ਭੰਗੜੇ ਤੇ ਪੈਣਗੇ ਪੈਣਗੇ, ਨਜ਼ਾਰੇ ਤੇ ਆਣਗੇ ਆਣਗੇ ਬਰਾ। ਨਾਲ ਹੀ ਜਦੋਂ ਦੂਜੇ ਪਾਸੇ ਵਿਕਟਾਂ ਉੱਡਣੇ ਸ਼ੁਰੂ ਹੋਏ, ਸਾਰੇ ਜਣੇ ਐ ਬਹਿ ਜਾਂਦੇ ਆ, ਚਿਹਰੇ 'ਤੇ ਟੈਨਸ਼ਨਾਂ ਦੇ ਰਹਿ ਜਾਂਦੀਆਂ, ਪਰ ਜਿਹੜਾ ਕੈਮਰਾਮੈਨ ਆ ਨਾ ਉਹ ਵੀ ਇਹ ਮੂਵਮੈਂਟ ਰਿਕਾਰਡ ਕਰਨ ਤੋਂ ਪਿੱਛੇ ਨਹੀਂ ਹਟਦਾ, ਕਹਿੰਦਾ ਕੋਈ ਗੱਲ ਨਹੀਂ ਜੇ ਨੱਚਦੇ ਦਿਖਾਇਆ ਤਾਂ ਹੁਣ ਉਦਾਸ ਵੀ ਦਿਖਾਵਾਂਗੇ। ਸਟ੍ਰੈਟਜਿਕ ਟਾਈਮ ਆਊਟ ਹੋ ਗਿਆ ਜੀ, ਪੰਜਾਬ ਦੇ 8 ਆਊਟ ਹੋ ਚੁੱਕੇ ਨੇ, ਆਹ ਦੇਖੋ ਜੀ 70, ਪੰਜਾਬ ਦੇ ਝੰਡੇ ਫੜ ਕੇ ਆਰਦੀ ਵੀ ਆਰਦੀ ਵੀ ਕਰੀ ਜਾਂਦੇ ਭਾਜੀ, ਕੀ ਹੋਇਆ ਭਾਜੀ, ਕੋਈ ਚੱਕਰ ਨਹੀਂ, ਦਿਲ 'ਚ ਹਮੇਸ਼ਾ ਪੰਜਾਬ ਕਿੰਗ ਦੀ ਰਹੇਗਾ, ਕੋਈ ਗੱਲ ਨਹੀਂ, 17 ਸਾਲ ਹੋ ਗਏ, 18ਵੇਂ ਸਾਲ ਟਰੋਫੀ ਜਿੱਤਾਂਗੇ ਜਿੱਤਾਂਗੇ ਆਪਾਂ, ਓਏ ਬਹਿ ਜਾ ਤੂੰ, ਆਰਤੀ ਵੀ ਲੱਗਦਾ ਮਾਮਾ, ਪਲੇਅਰ ਇੱਕੋ ਤੁਹਾਡੇ ਕੋਲ ਹਾਂਜੀ, ਅੱਗੇ ਵੇਖੋ ਆਈਪੀਐਲ ਇੰਡੀਆ ਚ ਚੌਕਾ ਮਾਰਿਆ ਅਰਸ਼ਦੀਪ ਨੇ, ਓਏ ਉਹ ਸਿਰਾਜ ਡੇਗ ਗਿਆ, ਓਏ ਸਿਰਾਜ ਲੰਮਾ ਪੈ ਗਿਆ ਅਰਸ਼ਦੀਪ ਦਾ ਚੌਕਾ ਵੇਖ ਕੇ। ਪੰਜਾਬ ਦੀ ਟੀਮ ਆਲ ਆਊਟ ਹੋ ਗਈ ਹੈ ਜੀ, ਅਤੇ ਓਫੀਸ਼ੀਅਲੀ ਪਲੇਅਆਫ ਦੇ ਵਿੱਚੋਂ ਬਾਹਰ ਹੋ ਗਈ ਹੈ, ਜੱਫੀਆਂ ਪੈ ਗਈਆਂ ਨੇ, ਓਹੋ ਕੋਈ ਗੱਲ ਨਹੀਂ, ਨਹੀਂ ਲੱਦਣੀ, ਜੋ ਮਰਜ਼ੀ ਕਹੋ ਜੀ, ਸਾਡੇ ਪੰਜਾਬ 'ਚ ਵੱਸਦਾ ਦਿਲ ਹੀ ਹੈ, ਮਤਲਬ ਸਾਡੇ ਦਿਲ 'ਚ ਵੱਸਦਾ ਪੰਜਾਬ, ਸਾਨੂੰ ਨਹੀਂ ਤਾਂ ਉਮੀਦ ਇੰਨੀ ਬੁਰੀ ਤਰੀਕੇ ਹਾਰਾਂਗੇ, ਪਰ ਚਲੋ ਕੋਈ ਗੱਲ ਨਹੀਂ, ਮੈਚ ਵੇਖ ਕੇ ਬਹੁਤ ਮਜ਼ਾ ਆਇਆ, ਜਿਹੜੇ ਤੁਸੀਂ ਸਾਰਿਆਂ ਨੂੰ ਫੋਟੋਆਂ ਪਲੇਅਰ ਦੇ ਇੱਕ ਦੂਜੇ ਨੂੰ ਮਿਲਦੇ ਹੋਏ ਜੀ, 60 ਰਨਾਂ ਨਾਲ ਹਾਰੇ ਨੇ, ਪਰ ਚਲੋ ਕੋਈ ਨਹੀਂ, ਆਰਸੀਬੀ 1/60 ਰਨ ਬੱਲੇ ਬੱਲੇ। ਸਟੇਡੀਅਮ ਦਾ ਮਾਹੌਲ ਬਹੁਤ ਹੀ ਗਮਗੀਨ ਜਿਹਾ ਹੋਇਆ ਪਿਆ, ਪੰਜਾਬ ਕਿਉਂਕਿ 60 ਰਨਾਂ ਨਾਲ ਹਾਰ ਗਈ ਹੈ, ਇੱਕ ਤਾਂ ਇਹ ਵੀ ਪਤੰਦਰ ਹਟਦੇ ਨਹੀਂ ਪਏ, ਉਦੋਂ ਤੱਕ ਘੁਮਾ ਘੁਮਾ ਦੱਸੀ ਜਾਂਦੇ ਆਰਸੀਬੀ 1/60 ਰਨ, ਚੱਲ ਕੋਈ ਗੱਲ ਨਹੀਂ, ਪਰਵਾਹ ਨਹੀਂ ਕਰਨੀ ਭਾਜੀ, ਦਿਲ 'ਚ ਹਮੇਸ਼ਾ ਪੰਜਾਬ, ਨਹੀਂ ਛੇੜਦੇ, ਚਲੋ ਹੁਣ ਆਪਾਂ ਰੋਟੀ ਖਾਈਏ, ਭੁੱਖ ਨਹੀਂ ਲੱਗੀ ਆਪਾਂ, ਨਾਲੇ ਪੈਦਲ ਤੁਰਨਾ ਹੀ ਪੈਣਾ, 1.5 ਕਿਲੋਮੀਟਰ ਗੱਡੀ ਵੀ ਲੱਗੀ ਆ, ਭਾਈ ਨੇ ਸਾਨੂੰ ਜੂਸ ਪਿਆਇਆ,
ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਓਹੋ ਰੱਬ ਤੁਹਾਨੂੰ ਲੰਬੀ ਉਮਰ ਦੇਵੇ। ਹੋਰ ਪੀ ਲਾ ਫਿਰ। ਭਾਅ ਜੀ ਮਜ਼ਾ ਹੀ ਆ ਗਿਆ, ਕਮਾਲ ਕਰ ਗਿਆ ਬੰਦਾ ਯਾਰ, ਮਜ਼ਾ ਆ ਗਿਆ ਵੀਰ ਜੀ। ਪੂਰੇ ਮੈਚ ਦੇ ਵਿੱਚ ਇਹੀ ਵਧੀਆ ਕੰਮ ਹੋਇਆ। ਇੱਕ ਹੋਰ ਚੀਜ਼ ਪਤਾ ਲੱਗੀ ਹੈ ਜੀ, ਜਦੋਂ ਮੈਚ ਖਤਮ ਹੁੰਦਾ ਜਿਹੜੇ ਚੀਜ਼ਾਂ ਪਹਿਲੇ ਫੁੱਲ ਰੇਟ 'ਤੇ ਹੁੰਦੀਆਂ ਨੇ, ਮੈਚ ਖਤਮ ਹੋਣ ਤੋਂ ਬਾਅਦ ਅੱਧੇ 'ਤੇ ਹੋ ਜਾਂਦੀਆਂ। ਪੀਜ਼ਾ ਬਾਏ ਵਨ ਗੈੱਟ ਵਨ, ਰਾਜਮਾਂਹ ਚਾਵਲ ਪਹਿਲੇ 150 ਦੇ ਇੱਕ ਸੀ, ਹੁਣ 150 ਦੇ ਦੋ, ਬਰਿਸਤਾ ਵਾਲੇ 250 ਦੀ ਜਗ੍ਹਾ 150 ਦੇ ਕੋਂਬੋ ਤੋਂ ਆ ਗਏ। ਮਤਲਬ ਪਹਿਲੇ ਖਾ ਕੇ ਆਓ ਅਤੇ ਐਂਡ 'ਤੇ ਜਾਣ ਲੱਗਿਆ ਗਾ। ਵੀਰ ਜੀ ਲੱਲੋ ਚੁੱਕ ਲਓ ਚੁੱਕ ਲਓ ਚੁੱਕ ਲਓ ਚੁੱਕੋ 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 ਚੁੱਕੋ, ਕਿਆ ਬਾਤ ਹੈ ਕਿਆ ਬਾਤ ਹੈ। ਨੋਟ ਕਰ ਲਓ ਸਾਰੇ ਜਣੇ, ਮੈਚ ਵੇਖਣ ਆਉਣਾ ਤੇ ਪਹਿਲੇ ਖਾ ਕੇ ਆਉਣਾ ਤੇ ਜਾਣ ਲੱਗਿਆ ਖਾਣਾ। ਬਹੁਤ ਸਾਰੇ ਮਿਕਸਡ ਇਮੋਸ਼ਨਸ ਦੇ ਨਾਲ ਸਟੇਡੀਅਮ ਖਾਲੀ ਹੋ ਰਿਹਾ। ਦੇਖੋ ਜੀ ਸਾਰੇ ਕਹਿੰਦੇ ਇਹ ਆ ਵੀ ਕਿਸੇ ਨੇ ਹਾਰਨਾ ਸੀ ਕਿਸੇ ਨੇ ਜਿੱਤਣਾ ਸੀ, ਪਰ ਅਸੀਂ ਚਾਹੁੰਦੇ ਸੀ ਵੀ ਸਾਡੀ ਟੀਮ ਜਿੱਤੇ। ਕੋਈ ਵੀ ਜਿਹੜਾ ਉਹ ਫੈਨ ਆ ਨਾ, ਉਹ ਇਹ ਨਹੀਂ ਚਾਹੁੰਦਾ ਹੁੰਦਾ ਵੀ ਉਹਦੀ ਟੀਮ ਹਾਰੇ, ਸਾਰੇ ਇਹ ਚਾਹੁੰਦੇ ਆ ਵੀ ਉਹਦੀ ਟੀਮ ਜਿੱਤੇ। ਪਰ ਇਹ ਅਸੂਲ ਹੀ ਖੇਡ ਹੀ ਇੱਦਾਂ ਦਾ ਵੀ ਇੱਕ ਨੇ ਜਿੱਤਣਾ ਇੱਕ ਨੇ ਹਾਰਨਾ, ਪਰ ਚਲੋ ਕੋਈ ਨਹੀਂ। ਅਗਲੇ ਸਾਲ ਫਿਰ ਸਹੀ ਦੋ ਮੈਚ ਹੈਗੇ ਆ, ਪਤਾ ਨਹੀਂ ਕੀ ਕਰਦੇ ਹਾਲੇ, ਪਰ ਚਲੋ ਕੋਈ ਦਿੱਕਤ ਹੀ ਨਹੀਂ ਗੀ। ਫਾਈਨਲੀ ਅਸੀਂ ਹੁਣ ਆਪਣੀ ਪਾਰਕਿੰਗ ਵੱਲ ਪਹੁੰਚ ਚੁੱਕੇ ਹਾਂ ਜੀ। ਜਿਹੜੇ ਸਾਡੇ ਯਾਰ ਮਿੱਤਰ ਸਾਨੂੰ ਮਿਲੇ ਸੀਗੇ ਮੈਚ ਖੇਡਦੇ, ਉਹ ਕਹਿੰਦੇ ਭਾਈ ਤੁਹਾਨੂੰ ਅਸੀਂ ਪਾਰਕਿੰਗ 'ਤੇ ਡਰੋਪ ਕਰ ਦਿੰਦੇ। ਮੈਂ ਕਿਹਾ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਹਰਿਆਣੇ ਦੇ ਪੰਜਾਬੀ ਤੁਹਾਨੂੰ ਪਤਾ ਫਿਰ ਆਪਣੇ ਪੰਜਾਬ ਵਰਗੇ ਹੀ ਹੈ ਨਾ, ਬਹੁਤ ਐਂਡ ਬੰਦੇ ਸੀ ਯਾਰ, ਬਹੁਤ ਐਂਡ ਬੰਦੇ ਸੀ। ਚਲੋ ਹੁਣ ਚਲੀਏ, ਉਹ ਆਪਣਾ ਰਾਜਮਾਂਹ ਚਾਵਲ ਪੈਕ ਕਰਾਏ ਡਿਸਕਾਊਂਟ ਵਾਲੇ, ਖਾਂਦੇ ਹਾਂ ਹੁਣ। ਪਹਿਲੇ 150 ਦਾ ਇੱਕ ਸੀ, ਬਾਅਦ ਚੋਂ 100 ਦੇ ਦੋ ਲੈ ਗਏ ਹਾਂ ਵੀਰ ਜੀ। ਜਗਦੀਆਂ ਲਾਈਟਾਂ ਨੂੰ ਸਾਡਾ ਸਲਾਮ, ਕਿਉਂਕਿ ਕੱਲ੍ਹ ਸਵੇਰੇ ਤਾਂ ਪਹੁੰਚ ਜਾਣੀਆਂ ਨੇ ਨਾ ਇਹ ਯਾਦਾਂ ਤਾਂ ਇਸ ਸਟੇਡੀਅਮ 'ਚ ਬਹੁਤ ਬਣੀਆਂ। ਪਰ ਅਗਰ ਸਾਡੀ ਟੀਮ ਵੀਰ ਜੀ ਜਿੱਤ ਜਾਂਦੀ ਨਾ, ਉਹਦੇ ਵਰਗੀ ਯਾਦ ਤੇ ਮੈਂ ਕਿਹਾ ਚੈਰੀਅਨ ਦਾ ਕੇਕ ਜਿੱਦਾਂ ਤੇਰੀ ਪੱਗ ਦੀ ਲਾਲ ਫਿਫਟੀ ਸੇਮ ਉਦਾਂ ਹੀ। ਪਰ ਚਲੋ ਕੀ ਕਹਿ ਸਕਦੇ ਹਾਂ, ਬਾਕੀ ਗੱਲਾਂ ਨੇ ਰੱਖ ਗੱਲਾਂ ਅਜੀ ਕੰਬੀਨੇਸ਼ਨ ਐਂਡ ਜਿਹੜਾ ਫਿਰ ਇਹਦੇ ਕਰਕੇ ਆਪਾਂ 4-5 ਵਜੇ ਕੈਮਰੇ ਜਾ ਰਹੇ ਹਾਂ। ਸਹੀ ਗੱਲ ਹੈ, ਵੱਖਰੇ ਲੱਗ ਰਹੇ ਸੀ ਬਿਲਕੁਲ। ਇਸ ਕਰਕੇ ਨੋਟ ਕਰ ਲਓ, ਅੱਗੇ ਕਿਤੇ ਇੱਦਾਂ ਦੇ ਈਵੈਂਟ 'ਤੇ ਜਾਣਾ ਨਾ, ਕੱਪੜੇ ਨਾ ਇਸ ਹਿਸਾਬ ਦੇ ਪਾ ਕੇ ਜਾਣੇ, ਆਊਟ ਆਫ ਦਾ ਬੋਕਸ। ਹੋਟਲ ਅਸੀਂ ਪਹੁੰਚ ਚੁੱਕੇ ਹਾਂ ਜੀ। ਭਾਅ ਜੀ ਦੇ ਤੁਹਾਨੂੰ ਚਿਹਰੇ ਦੇ ਐਕਸਪ੍ਰੈਸ਼ਨ ਦੱਸ ਰਹੇ ਨੇ, ਉਹ ਕਿੰਨੇ ਜ਼ਿਆਦਾ ਮਯੂਸ ਨੇ। ਟੀ ਸ਼ਰਟ ਮੰਗਵਾਈ, ਠੀਕ ਹੈ, ਪੱਗ ਲਿਆਂਦੀ ਨਵੀਂ, ਟੀ ਸ਼ਰਟ ਨਵੀਂ ਮੰਗਵਾਈ, 50 ਦੋ ਲੈ ਕੇ ਆਏ ਸੀ ਵੀ ਜਿਹੜੀ ਟੀ ਸ਼ਰਟ ਨਾਲ ਮੈਚ ਕਰੇਗੀ ਉਹ ਵਾਲੀ ਬੰਦੀ, ਸਭ ਕੁਛ ਪ੍ਰੋਪਰ ਕੀਤਾ, ਟਾਈਮ 'ਤੇ ਪਹੁੰਚੇ ਵੀ। ਪਰ ਕੀ ਕਹਿ ਸਕਦੇ ਹੁਣ, ਜੋ ਹੋਣਾ ਨਾ ਵੀਰ ਜੀ ਉਹੀ ਹੋਣਾ। ਪਰ ਅਸੀਂ ਹੋਪ ਕਰਦੇ ਹਾਂ ਵੀ ਤੁਹਾਨੂੰ ਮੈਚ ਪਸੰਦ ਆਏਗਾ, ਸੋਰੀ ਮੈਚ ਨਹੀਂ ਵਲੌਗ ਪਸੰਦ ਆਇਆ, ਮੈਚ ਵੀ ਇੰਨਾ ਪਸੰਦ ਆਉਣ ਦਾ ਕੰਮ ਕੋਈ ਨਹੀਂ ਸੀਗਾ, ਬਸ ਜਿੰਨੇ ਦੇਰ ਰਾਈਲੀ ਖੇਡਦਾ ਪਿਆ ਸੀ ਉਹਨਾਂ ਟਾਈਮ ਵਧੀਆ ਸੀਗਾ। ਹੋਪ ਕਰਦੇ ਹਾਂ ਤੁਹਾਨੂੰ ਵਲੌਗ ਪਸੰਦ ਆਇਆ ਹੋਏਗਾ, ਠੀਕ ਹੈ ਜੀ। ਇੱਦਾਂ ਹੀ ਚੈਨਲ ਨੂੰ ਸਾਰੇ ਜਣੇ ਪਿਆਰ ਦਿੰਦੇ ਰਹੋ, ਚੈਨਲ ਨਾਲ ਜੁੜੇ ਰਹੋ, ਅਤੇ ਜਿਨ੍ਹਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ, ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਾਨੂੰ ਟੀ ਵੀ 'ਤੇ ਦੇਖ ਕੇ ਸਾਨੂੰ ਫੋਨ ਕੀਤੇ, ਸਾਨੂੰ ਫੋਟੋਆਂ ਭੇਜੀਆਂ। ਦੇਖ ਫੋਟੋਆਂ ਦੀ ਗੱਲ ਆਈ, ਨਾਲ ਹੀ ਚਿਹਰੇ 'ਤੇ ਮੁਸਕਾਨ ਆ ਗਈ, ਕਿਉਂਕਿ ਉਹ ਜਿਹੜਾ ਸੀ ਨਾ ਉਹ ਮਤਲਬ ਉਹ ਜਿਹੜੀ ਰੈਕੋਗਨੀਸ਼ਨ ਤੁਹਾਨੂੰ ਮਿਲਦੀ ਹੈ ਨਾ, ਉਹ ਬਸ ਐਂਡਿੰਗ ਐਂਡ ਵਾਲਾ ਕੰਮ ਸੀ ਉਹ ਪੂਰਾ ਸਿਰਾ। ਚਲੋ ਇੱਦਾਂ ਹੀ ਸਾਰੇ ਜਣੇ ਚੈਨਲ ਨਾਲ ਜੁੜੇ ਰਹੋ ਜੀ, ਇੰਸਟਾਗ੍ਰਾਮ ਸਨੈਪਚੈਟ ਆ ਰਿਹਾ ਉੱਥੇ ਫੋਲੋ ਕਰ ਲਓ। ਇੱਦਾਂ ਹੀ ਮਿਲਦੇ ਹਾਂ ਜਲਦ ਕਿਸੇ ਹੋਰ ਵਲੌਗ ਦੇ ਵਿੱਚ, ਹੁਣ ਅਸੀਂ ਜਾ ਕੇ ਆਪਣੇ ਉਹ ਕੀ ਕਹਿੰਦੇ ਡਿਸਕਾਊਂਟ ਵਾਲੇ ਰਾਜਮਾਂਹ ਚਾਵਲ ਖਾਈਏ। ਓਕੇ ਜੀ, ਬਾਏ ਬਾਏ, ਸ਼ਾਬਾ ਖੈਰ, ਟੇਕ ਕੇਅਰ, ਅਤੇ ਵੋਟ ਕਰਨੀ ਨਾ ਭੁੱਲਿਓ। ਜਿਨ੍ਹਾਂ ਦੇ ਵੋਟਰ ਆਈ ਡੀ ਕਾਰਡ ਨਹੀਂ ਬਣਿਆ ਵੋਟਰ ਆਈ ਡੀ ਕਾਰਡ ਬਣਾ ਲਓ, ਭਾਈ ਤੁਹਾਡਾ ਬਣਿਆ? ਬਿਲਕੁਲ ਬਿਲਕੁਲ ਬਣਿਆ, ਜਿਹੜਾ ਨਹੀਂ ਬਣਿਆ ਉਹ ਵੀ ਬਣਵਾ ਲਓ। ਓਕੇ ਜੀ, ਬਾਏ ਬਾਏ, ਟੇਕ ਕੇਅਰ।